ਦੇਸ਼ ਅੰਦਰ ਜਿਹੜੀ ਨਵੀਂ ਚੁਣੀ ਗਈ ਲੋਕ ਸਭਾ ਜਿਹਦੇ 'ਚ 1 ਤਰੀਕ ਨੂੰ ਵੋਟਾਂ ਪਾਈਆਂ ਸੀ, 4 ਤਰੀਕ ਨੂੰ ਰਿਜ਼ਲਟ ਆਏ ਨੇ, ਉਹਦੇ ਅੰਕੜੇ ਸਾਹਮਣੇ ਆਏ ਨੇ ਕਿ ਚੁਣੇ ਗਏ ਨਵੇਂ ਲੋਕ ਸਭਾ ਮੈਂਬਰ ਉਹਨਾਂ 'ਚ 46% ਦਾਗੀ ਨੇ। ਕਰੀਬ 170 ਉਹ ਲੋਕ ਸਭਾ ਮੈਂਬਰ ਚੁਣੇ ਗਏ ਨੇ ਜਨਤਾ ਵੱਲੋਂ ਜਿਨ੍ਹਾਂ ਦੇ ਖਿਲਾਫ਼ ਜਬਰ ਜਨਾਹ, ਹੱਤਿਆ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਖਿਲਾਫ਼ ਹਿੰਸਾ ਦੇ ਕੇਸ ਦਰਜ ਨੇ। ਅਤੇ ਜਿਹੜੀ ਸਾਡੀ ਨਵੀਂ ਪਾਰਲੀਮੈਂਟ ਬਣੀ ਆ, ਚੁਣੀ ਗਈ ਆ, ਦੇਸ਼ ਦੀ ਜਨਤਾ ਨੇ ਚੁਣੇ ਨੇ, ਉਹਨਾਂ ਵਿੱਚ 170 ਉਹ ਲੋਕ ਨੇ ਜਿਹੜੇ ਸਿਰੇ ਦੇ ਕ੍ਰਿਮੀਨਲ ਨੇ, ਸਿਰੇ ਦੇ ਅਤਿ ਗੰਭੀਰ ਉਹਨਾਂ ਦੇ ਖਿਲਾਫ਼ ਕੇਸ ਦਰਜ ਨੇ। ਮਤਲਬ ਅੱਧੀ ਜਿਹੜੀ ਸਾਡੀ ਸੰਸਦ ਆ ਉਹ ਦਾਗੀਆਂ ਨਾਲ ਭਰੀ ਆ ਜਾਂ ਦਾਗੀਆਂ ਨਾਲ ਚੁਣੀ ਗਈ ਆ। ਲੋਕ ਸਭਾ ਵਾਸਤੇ ਨਵੇਂ ਚੁਣੇ ਗਏ 543 ਮੈਂਬਰਾਂ 'ਚੋਂ 251 ਮਤਲਬ 46% ਖਿਲਾਫ਼ ਅਪਰਾਧਿਕ ਕੇਸ ਦਰਜ ਨੇ। ਇਹਨਾਂ ਵਿੱਚੋਂ 23-27 ਨੂੰ ਤਾਂ ਸਜ਼ਾ ਵੀ ਹੋ ਚੁੱਕੀ ਆ। ਚੋਣ ਅਧਿਐਨ ਕਰਨ ਵਾਲੀ ਜਥੇਬੰਦਿਕ ਜਿਹੜੀ ਜਥੇਬੰਦੀ ਆ, ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫੋਰਮਸ, ਜਿਸ ਨੂੰ ADR ਵੀ ਕਿਹਾ ਜਾਂਦਾ, ਉਸ ਦੀ ਸਟੱਡੀ ਮੁਤਾਬਕ ਹੇਠਲੇ ਸਦਨ 'ਚ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਮੈਂਬਰਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਸਭ ਤੋਂ ਵੱਧ ਗਿਣਤੀ ਆ ਜੋ ਅਪਰਾਧੀ ਕਿਸਮ ਦੇ MP ਚੁਣੇ ਗਏ ਨੇ। ਸਾਲ 2019 ਵਿੱਚ ਜਦੋਂ ਸਰਕਾਰ ਬਣੀ ਸੀ ਜਾਂ ਲੋਕ ਸਭਾ ਮੈਂਬਰ ਚੁਣੇ ਗਏ ਸੀ, ਉਸ ਸਮੇਂ 233 ਨਵੇਂ ਚੁਣੇ ਗਏ ਮੈਂਬਰਾਂ 'ਚੋਂ 43% ਨੇ ਆਪਣੇ ਖਿਲਾਫ਼ ਅਪਰਾਧਿਕ ਕੇਸ ਦਰਜ ਹੋਣ ਦੇ ਸਬੂਤ ਦਿੱਤੇ ਸੀ। ਇਸੇ ਤਰ੍ਹਾਂ 2014 ਵਿੱਚ 185 MP ਮਤਲਬ 34%, 2009 ਦੇ ਵਿੱਚ 162 MP ਮਤਲਬ 30%, ਅਤੇ 2004 ਦੇ ਵਿੱਚ 125 MP ਮਤਲਬ 23% ਨੇ ਆਪਣੇ ਉੱਪਰ ਅਪਰਾਧਿਕ ਕੇਸ ਦਰਜ ਹੋਣ ਦੇ ਸਬੂਤ ਦਿੱਤੇ ਸਨ। ਸਟੱਡੀ ਇਹ ਵੀ ਦੱਸਦੀ ਹੈ ਕਿ 2009 ਮਗਰੋਂ ਕੇਸ ਦਰਜ ਹੋਣ ਦਾ ਐਲਾਨ ਕਰਨ ਵਾਲੇ ਮੈਂਬਰਾਂ ਦੀ ਗਿਣਤੀ ਵਿੱਚ 55% ਵਾਧਾ ਹੋਇਆ। ਨਵੇਂ ਗਏ ਚੁਣੇ ਗਏ 251 ਮੈਂਬਰਾਂ 'ਚੋਂ 170 ਖਿਲਾਫ਼ ਮਤਲਬ 31% ਖਿਲਾਫ਼ ਗੰਭੀਰ ਕੇਸ ਦਰਜਨ, ਜਿਨ੍ਹਾਂ ਵਿੱਚ ਜਬਰ ਜਨਾਹ, ਹੱਤਿਆ ਦੀ ਕੋਸ਼ਿਸ਼, ਅਗਵਾ ਕਰਨਾ, ਔਰਤਾਂ ਖਿਲਾਫ਼ ਹਿੰਸਾ ਦੇ ਮਾਮਲੇ ਦਰਜ ਨੇ। ਗੰਭੀਰ ਜੁਰਮਾਂ ਦੇ ਮਾਮਲੇ ਵਾਲੇ ਮੈਂਬਰਾਂ ਦੀ ਗਿਣਤੀ 2009 ਤੋਂ ਜਦੋਂ ਸੀ ਪਾਰਲੀਮੈਂਟ ਬਣੀ ਉਸ ਤੋਂ ਲੈ ਕੇ ਹੁਣ ਤੱਕ 124% ਵੱਧ ਗਈ ਹੈ। ਇਸ ਵਾਰ 4 ਉਮੀਦਵਾਰਾਂ ਨੇ ਧਾਰਾ 302 ਤਹਿਤ ਆਪਣੇ ਉੱਪਰ ਹੱਤਿਆ ਤਹਿਤ ਕੇਸ ਦਰਜ ਕਰਨ ਦੇ ਮਾਮਲੇ ਦੀ ਵੀ ਪੁਸ਼ਟੀ ਕੀਤੀ ਹੈ। 27 MP ਨੇ ਜ਼ਿਕਰ ਕੀਤਾ ਕਿ ਧਾਰਾ 307 ਤਹਿਤ ਉਹਨਾਂ ਦੇ ਖਿਲਾਫ਼ ਕੇਸ ਦਰਜ ਹੋਇਆ। 307 ਜਿਵੇਂ ਪਤਾ ਕਿ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਸਲੇ 'ਚ ਕੇਸ ਰਜਿਸਟਰਡ ਕੀਤਾ ਜਾਂਦਾ ਹੈ। ਨਵੇਂ ਚੁਣੇ ਗਏ 15 ਉਮੀਦਵਾਰਾਂ ਨੇ ਇਹ ਜ਼ਿਕਰ ਕੀਤਾ ਕਿ ਉਹਨਾਂ ਦੇ ਖਿਲਾਫ਼ ਔਰਤਾਂ ਖਿਲਾਫ਼ ਜੁਰਮਾਂ ਨਾਲ ਸੰਬੰਧਿਤ ਮਾਮਲੇ ਦਰਜ ਨੇ, ਜਿਨ੍ਹਾਂ 'ਚੋਂ ਤੇ 2 MP ਨੇ ਕਿਹਾ ਕਿ ਉਹਨਾਂ ਖਿਲਾਫ਼ ਧਾਰਾ 376 ਤਹਿਤ ਜਬਰ ਜਨਾਹ ਦਾ ਦੋਸ਼ ਤਹਿਤ ਕੇਸ ਰਜਿਸਟਰਡ ਹੈ। ਇਸ ਜਥੇਬੰਦੀ ਯਾਨੀ ਕਿ ADR ਨੇ ਇਹ ਵੀ ਕਿਹਾ ਕਿ 18ਵੀਂ ਲੋਕ ਸਭਾ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਦਲ ਜਾਂ ਭਾਰਤੀ ਜਨਤਾ ਪਾਰਟੀ ਦੇ 240 ਜੇਤੂ ਉਮੀਦਵਾਰਾਂ 'ਚੋਂ 94 ਜੋ ਕਰੀਬ 39% ਬਣਦੇ ਨੇ, ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਦੇ ਖਿਲਾਫ਼ ਅਪਰਾਧਿਕ ਕੇਸ ਦਰਜ ਨੇ।
ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਜੇਤੂ 99 MP ਚੋਂ ਲੋਕ ਸਭਾ ਮੈਂਬਰਾਂ ਚੋਂ 49 ਫੀਸਦੀ ਨੇ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਖਿਲਾਫ਼ ਵੀ ਕੇਸ ਦਰਜ ਨੇ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ 37 ਮੈਂਬਰਾਂ ਚੋਂ 41 ਫੀਸਦੀ ਨੇ ਜ਼ਿਕਰ ਕੀਤਾ ਕਿ ਉਹਨਾਂ ਦੇ ਖਿਲਾਫ਼ ਵੀ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਨੇ। ਇਸੇ ਤਰ੍ਹਾਂ TMC ਤ੍ਰਿਮਣਲ ਕਾਂਗਰਸ ਦੇ 29 ਚੋਂ 13 MP ਦੇ ਖਿਲਾਫ਼ ਕੇਸ ਦਰਜ ਨੇ, ਜੋ ਕਰੀਬ 45 ਫੀਸਦੀ ਬੰਦ ਨੇ। DMK ਦੇ 22 ਚੋਂ 13 ਲੋਕ ਸਭਾ ਮੈਂਬਰਾਂ ਦੇ ਖਿਲਾਫ਼ ਕੇਸ ਦਰਜ ਨੇ, ਜੋ ਕਰੀਬ 50 ਫੀਸਦੀ ਬੰਦ ਨੇ। ਸ਼ਿਵ ਸੈਨਾ ਦੇ 7 ਉਮੀਦਵਾਰਾਂ ਚੋਂ 7 ਲੋਕ ਸਭਾ ਮੈਂਬਰਾਂ ਚੋਂ 5 ਦੇ ਖਿਲਾਫ਼ ਕੇਸ ਰਜਿਸਟਰਡ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ, ਜੋ ਕਰੀਬ 71 ਫੀਸਦੀ ਬਣਦੇ ਨੇ। ਇਹਨਾਂ ਸਾਰੇ ਲੋਕ ਸਭਾ ਮੈਂਬਰਾਂ ਨੇ ਜੋ ਚੁਣੇ ਗਏ ਨੇ, ਭਾਰਤੀ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਗਏ ਹਲਫੀਆ ਬਿਆਨ ਦੇ ਵਿੱਚ ਖੁਲਾਸੇ ਕੀਤੇ ਨੇ ਕਿ ਉਹਨਾਂ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਵੱਖ ਵੱਖ ਜੁਰਮਾਂ ਦੇ ਤਹਿਤ ਕੇਸ ਦਰਜ ਨੇ। ਡੈਮੋਕ੍ਰੇਟਿਕ ਰਿਫੋਰਮਸ ਦੀ ਸਟੱਡੀ ਇਹ ਵੀ ਜ਼ਿਕਰ ਕਰਦੀ ਹੈ ਕਿ 63 26 ਫੀਸਦੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ, 32 MP 32 ਫੀਸਦੀ ਕਾਂਗਰਸ ਪਾਰਟੀ ਦੇ ਉਮੀਦਵਾਰ, 17 MP ਸਮਾਜਵਾਦੀ ਪਾਰਟੀ 46 ਫੀਸਦੀ ਨੇ ਆਪਣੇ ਖਿਲਾਫ਼ ਗੰਭੀਰ ਮਾਮਲੇ ਦਰਜ ਹੋਣ ਦੇ ਹਲਫਨਾਮਿਆਂ 'ਚ ਜਾਣਕਾਰੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਕਿ ਨਵੇਂ ਚੁਣੇ ਗਏ ਮੈਂਬਰਾਂ 'ਚੋਂ 7 ਕਰੀਬ 24 ਫੀਸਦੀ TMC ਮੈਂਬਰ, 6 27 ਫੀਸਦੀ DMK ਉਮੀਦਵਾਰ, 5 31 ਫੀਸਦੀ TDP ਉਮੀਦਵਾਰ ਅਤੇ 4 57 ਫੀਸਦੀ ਮੈਂਬਰ ਜੋ ਸ਼ਿਵ ਸੈਨਾ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ, ਉਹ ਵੱਖ ਵੱਖ ਗੰਭੀਰ ਕੇਸਾਂ ਦਾ ਸਾਹਮਣਾ ਕਰ ਰਹੇ ਨੇ। ਇਸ ਵਾਰ ਜੋ ਲੋਕ ਸਭਾ ਮੈਂਬਰ ਚੁਣੇ ਗਏ ਨੇ ਉਹਨਾਂ ਵਿੱਚ 105 ਲੋਕ ਸਭਾ ਮੈਂਬਰ ਉਹ ਨੇ ਜਿਨ੍ਹਾਂ ਦੀ ਸਿੱਖਿਆ 5ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਹੀ ਹੈ। ਲੋਕ ਸਭਾ ਚੋਣਾਂ ਜਿੱਤਣ ਵਾਲੇ 105 ਉਮੀਦਵਾਰਾਂ ਵਿੱਚ 19 ਫੀਸਦੀ ਉਮੀਦਵਾਰ ਨੇ 5ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਹੋਈ ਆ। ADR ਦੀ ਸਟੱਡੀ 'ਚ ਇਹ ਵੀ ਖੁਲਾਸਾ ਹੋਇਆ ਕਿ 420 ਜੇਤੂ ਉਮੀਦਵਾਰ 77 ਜਿਨ੍ਹਾਂ 'ਚੋਂ ਕਰੀਬ ਗ੍ਰੈਜੂਏਟ ਹਨ ਜਾਂ ਉਹਨਾਂ ਕੋਲ ਹੋਰ ਉੱਚ ਡਿਗਰੀ ਹੈ। 17 ਜੇਤੂ ਉਮੀਦਵਾਰਾਂ ਕੋਲ ਡਿਪਲੋਮਾ ਡਿਗਰੀ ਹੈ ਅਤੇ 1 ਮੈਂਬਰ ਸਿਰਫ ਸਾਖਰ ਹੈ, ਉਹ ਆਪਣਾ ਨਾਮ ਹੀ ਲਿਖ ਸਕਦਾ। ਆਪਣੇ ਹਲਫਨਾਮੇ 'ਚ ਖੁਦ ਨੂੰ ਅਨਪੜ੍ਹ ਦੱਸਣ ਵਾਲੇ ਸਾਰੇ 121 ਉਮੀਦਵਾਰ ਚੋਣ ਹਾਰ ਗਏ ਸੀ। ਸਟੱਡੀ ਮੁਤਾਬਕ ਜੇਤੂ ਉਮੀਦਵਾਰ ਨੇ 5ਵੀਂ ਜਦਕਿ 4 ਨੇ 8ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ 65 ਅਜਿਹੇ ਮੈਂਬਰ ਨੇ ਜਿਨ੍ਹਾਂ ਨੇ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ। PRS ਲੈਜਿਸਲੇਟਿਵ ਰਿਸਰਚ ਮੁਤਾਬਕ ਨਵੀਂ ਲੋਕ ਸਭਾ ਵਿੱਚ 5 ਫੀਸਦੀ ਮੈਂਬਰਾਂ ਕੋਲ ਡਾਕਟਰੇਟ ਦੀ ਡਿਗਰੀ ਹੈ, ਉਹਨਾਂ ਕੋਲ PhD ਦੀ ਡਿਗਰੀ ਹੈ, ਜਿਨ੍ਹਾਂ ਵਿੱਚ 3 ਔਰਤਾਂ ਵੀ ਲੋਕ ਸਭਾ ਮੈਂਬਰ ਚੁਣੀਆਂ ਗਈਆਂ ਨੇ। ਜ਼ਿਆਦਾਤਰ ਮੈਂਬਰ ਨੇ ਆਪਣਾ ਪੇਸ਼ਾ ਧੰਦਾ ਖੇਤੀ ਅਤੇ ਸਮਾਜ ਸੇਵਾ ਦੱਸਿਆ। 18ਵੀਂ ਲੋਕ ਸਭਾ ਦੇ ਕਰੀਬ 7 ਮੈਂਬਰ ਵਕੀਲ ਹਨ ਅਤੇ 4 ਫੀਸਦੀ ਮੈਡੀਕਲ ਕਿੱਤੇ ਨਾਲ ਜੁੜੇ ਨੇ ਅਤੇ 7 ਫੀਸਦੀ ਜਿਹੜੇ ਮੈਂਬਰ ਨੇ ਉਹ ਬਤੌਰ ਐਡਵੋਕੇਟ ਕੰਮ ਕਰ ਰਹੇ ਨੇ। ਇਹ ਵੀ ਇਸ ਸਟੱਡੀ ਦੇ ਵਿੱਚ ਖੁਲਾਸੇ ਹੋਏ ਨੇ ਜਿਹੜੀ ਡੈਮੋਕ੍ਰੇਟਿਕ ਇਸ ਜਥੇਬੰਦੀ ਵੱਲੋਂ ਰਿਫੋਰਮਸ ਵੱਲੋਂ ਕੀਤੀ ਗਈ ਆ
ਕਿ ਜਿਹੜੇ 543 MP ਅਸੀਂ ਭਾਰਤੀ ਵਾਸੀਆਂ ਨੇ ਚੁਣੇ ਨੇ, ਉਹਨਾਂ ਵਿੱਚੋਂ 280 MP ਪਹਿਲੀ ਦਫਾ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹੇ ਨੇ। ਲੋਕ ਸਭਾ ਲਈ ਚੁਣੇ ਗਏ ਮੈਂਬਰਾਂ 'ਚੋਂ ਜਿਹੜੇ ਹਾਜ਼ਰੀ ਲਵਾਈ ਨੇ ਨਵੇਂ MP, ਉਹ 280 ਨੇ। ਜਦਕਿ ਅਗਰ ਪਿਛਲੀ ਅਸੈਂਬਲੀ ਦੀ ਪਾਰਲੀਮੈਂਟ ਦੀ ਗੱਲ ਕੀਤੀ ਜਾਵੇ ਤਾਂ 2019 ਮਤਲਬ ਉਦੋਂ 267 MP ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜ੍ਹੇ ਸਨ। ਚੋਣ ਅਧਿਐਨ ਕਰਨ ਵਾਲੀ ਜਥੇਬੰਦੀ PRS ਲੈਜੀਸਿਵ ਰਿਸਰਚ ਮੁਤਾਬਕ 263 ਚੁਣੇ ਗਏ ਸੰਸਦ ਮੈਂਬਰ ਪਿਛਲੀ ਵਾਰ ਵੀ ਲੋਕ ਸਭਾ ਦੇ ਮੈਂਬਰ ਸਨ। ਇਸ ਤੋਂ ਇਲਾਵਾ 16 ਆਗੂ ਰਾਜ ਸਭਾ ਮੈਂਬਰ ਰਹਿ ਚੁੱਕੇ ਨੇ, ਇਹਨਾਂ ਵਿੱਚੋਂ ਇੱਕ ਤਾਂ 7 ਵਾਰ ਲੋਕ ਸਭਾ ਮੈਂਬਰ ਰਹਿ ਚੁੱਕਿਆ। ਦੁਬਾਰਾ ਚੁਣੇ ਗਏ ਸੰਸਦ ਮੈਂਬਰਾਂ 'ਚੋਂ 8 ਨੇ ਆਪਣਾ ਹਲਕਾ ਬਦਲ ਦਿੱਤਾ ਅਤੇ 1 ਮੈਂਬਰ ਨੇ 2 ਹਲਕਿਆਂ ਤੋਂ ਮੁੜ ਚੁਣਿਆ ਗਿਆ। ਦੇਸ਼ ਦੀ 17ਵੀਂ ਲੋਕ ਸਭਾ 'ਚ ਦੁਬਾਰਾ ਚੁਣੇ ਗਏ 9 ਸੰਸਦ ਮੈਂਬਰਾਂ ਨੇ ਵੀ ਵੱਖਰੀ ਪਾਰਟੀ ਤੋਂ ਚੋਣ ਲੜੀ ਹੈ, ਜਦਕਿ 8 ਹੋਰ ਮੈਂਬਰ ਹਨ ਉਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ ਜੋ ਆਪਣੀ ਪਿਛਲੀ ਪਾਰਟੀ ਤੋਂ ਵੱਖ ਹੋਈ ਸੀ। ਚੋਣ ਲੜਨ ਵਾਲੇ 53 ਮੰਤਰੀਆਂ 'ਚੋਂ 35 ਜਾਣੇ ਹੀ ਜਿੱਤ ਸਕੇ ਨੇ ਇਲੈਕਸ਼ਨ। ਨਵੀਂ ਅਤੇ ਮਤਲਬ 18ਵੀਂ ਲੋਕ ਸਭਾ 'ਚ 240 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਬਣੀਆਂ। ਉੱਧਰ ਕਾਂਗਰਸ ਪਾਰਟੀ ਨੇ 99 ਸੀਟਾਂ ਜਿੱਤ ਕੇ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਸਮਾਜਵਾਦੀ ਪਾਰਟੀ ਨੇ 37 ਸੀਟਾਂ ਨਾਲ 3 ਨੰਬਰ ਹਾਸਲ ਕੀਤਾ। ਲੇਕਿਨ ਸਭ ਤੋਂ ਵੱਡੀ ਗੱਲ ਕਿ ਅਸੀਂ ਭਾਰਤ ਵਾਸੀਆਂ ਨੇ ਜੋ ਮੈਂਬਰ ਚੁਣੇ ਨੇ 543, ਉਹਨਾਂ 'ਚ ਅੱਧੀ ਸਾਡੀ ਪਾਰਲੀਮੈਂਟ ਦਾਗੀ ਲੋਕ ਸਭਾ ਮੈਂਬਰਾਂ ਦੇ ਨਾਲ ਚੁਣੀ ਗਈ ਆ। 40% ਜਿਹੜੇ ਮੈਂਬਰ ਨੇ ਉਹ ਦਾਗੀ ਨੇ, ਕਰੀਬ 170 MP ਨੇ, ਜਿਨ੍ਹਾਂ ਦੇ ਖਿਲਾਫ਼ ਜਬਰ ਜਨਾਹ, ਹੱਤਿਆ ਦੀ ਕੋਸ਼ਿਸ਼, ਕਿਸੇ ਨੂੰ ਅਗਵਾ ਕਰਨਾ ਅਤੇ ਔਰਤਾਂ ਖਿਲਾਫ਼ ਹਿੰਸਾ ਦੇ ਕੇਸ ਦਰਜ ਨੇ। ਇੱਥੋਂ ਤੱਕ ਕਿ 376 IPC ਧਾਰਾ ਤਹਿਤ ਵੀ ਕੇਸ ਰਜਿਸਟਰਡ ਨੇ। ਕਸੂਰ ਕਿਸ ਦਾ? ਸਿਆਸੀ ਪਾਰਟੀਆਂ ਦਾ ਜਾਂ ਫਿਰ ਸਾਡੀ ਜਨਤਾ ਦਾ? ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆ ਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।